ਸਤਿਕਾਲ ਦੋਸਤੋ, ਮੈਂ ਤੁਹਾਡਾ ਮਨੋਜ ਚਰਕੀਵਾਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਇਸ ਟਾਈਮ ਬਠਿੰਡਾ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ 'ਚ ਮੌਜੂਦ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅੱਜ ਬਠਿੰਡਾ ਵਿੱਚ ਪਹੁੰਚ ਕੇ ਤਮਾਮ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਵਰਕਰ ਹੈ, ਅਹੁਦੇਦਾਰ ਸਹਿਬਾਨ ਹੈ, ਉਹਨਾਂ ਦਾ ਧੰਨਵਾਦ ਕਰਨ ਲਈ ਇੱਥੇ ਪਹੁੰਚਿਆ। ਕਾਫੀ ਵੱਡੀ ਤਦਾਦ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰ ਅਤੇ ਅਹੁਦੇਦਾਰ ਸਹਿਬਾਨ ਇੱਥੇ ਪਹੁੰਚੇ ਆ, ਗੱਲਬਾਤ ਕਰਦੇ ਹਾਂ ਆਪਾਂ ਉਹਨਾਂ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਬੰਟੀ ਜੀ। ਅੱਜ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਦੇ ਤਮਾਮ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੈ, ਅਹੁਦੇਦਾਰ ਹੈ, ਉਹਨਾਂ ਦਾ ਧੰਨਵਾਦ ਕਰਨ ਲਈ ਪਹੁੰਚੇ ਸੀ ਸੁਖਬੀਰ ਬਾਦਲ, ਉਹਨਾਂ ਨਾਲ ਸੀ, ਕੀ ਕਹਿਣਾ ਚਾਹੋਗੇ? ਅੱਜ ਬੀਬਾ ਜੀ ਇੰਨੇ ਕੁ ਜ਼ਿਆਦਾ ਖੁਸ਼ ਸੀ ਕਿਉਂਕਿ ਉਹਨਾਂ ਨੇ ਕਿਹਾ ਵੀ ਜਿਵੇਂ ਪਹਿਲਾਂ ਪ੍ਰਧਾਨ ਜੀ ਇੱਥੇ ਕਹਿ ਕੇ ਗਏ ਸੀਗੇ ਵੀ ਇਹ ਚੋਣ ਮੈਂ ਨਹੀਂ ਲੜ ਰਿਹਾ, ਇਹ ਬਠਿੰਡਾ ਵਾਸੀ ਆਪਦੇ ਕੰਧਿਆਂ ਤੇ ਰੱਖ ਕੇ ਚੋਣ ਲੜਿਆ, ਉਵੇਂ ਬਠਿੰਡੇ ਦੇ ਸਾਰੇ ਵਰਕਰਾਂ ਨੇ ਆਪਣੀ ਹਰਸਿਮਰਤ ਕੌਰ ਆਪ ਸਮਝ ਕੇ ਆਪ ਬਣ ਕੇ ਇਹ ਚੋਣ ਲੜੀ ਤੇ ਐਤਕੀ ਤੁਸੀਂ ਦੇਖ ਲਓ 50,000 ਵੋਟਾਂ ਦੀ ਲੀਡ ਨਾਲ ਜਿੱਤੇ ਆ, ਜਦੋਂ ਕਿ ਪਹਿਲਾਂ ਕਦੇ 15,000 ਕਦੇ 20,000 ਦੀ ਲੀਡ ਨਾਲ ਜਿੱਤੇ ਸੀ, ਐਤਕੀ 50,000 ਨਾਲ ਜਿੱਤੇ ਆ। ਹਰ ਇੱਕ ਵਰਕਰ 'ਚ ਇੰਨਾ ਉਤਸ਼ਾਹ ਸੀ, ਇੰਨਾ ਉਤਸ਼ਾਹ ਸੀ ਪਹਿਲਾਂ ਕਦੇ ਨਹੀਂ ਦੇਖਿਆ। ਬੰਟੀ ਜੀ ਜੇ ਗੱਲ ਕਰੀਏ ਗਿੱਦੜਵਾ ਸੀਟ ਦੀ ਵੀ ਹੁਣ ਗੱਲ ਕਰਕੇ ਗਏ ਸੁਖਬੀਰ ਸਿੰਘ ਬਾਦਲ, ਕੀ ਕਹਿਣਾ ਚਾਹੋਗੇ? ਅਸੀਂ ਤਾਂ ਪਹਿਲਾਂ ਹੀ ਕਹੀ ਜਾਂਦੇ ਸੀ ਵੀ ਭਾਈ ਇਹ ਨਿਉਂ ਧਰਨੀ ਹੈ, ਉਹ ਨਿਉਂ ਲੋਕਾਂ ਨੇ ਇੰਨੀ ਕੁ ਮਜ਼ਬੂਤ ਕਰਤੀ ਗਿੱਦੜਵਾ ਤੇ ਕੀ ਸਾਰਾ ਪੰਜਾਬ ਵੀ ਹੁਣ 27 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਨੂੰ ਕੋਈ ਵੀ ਨਹੀਂ ਰੋਕ ਸਕਦਾ, ਕੋਈ ਮਰਜ਼ੀ ਤਾਕਤ ਆ ਜਾਏ। ਇਸ ਵਰਕਰਾਂ ਦੇ ਜੋਸ਼ ਨੇ ਇੰਨਾ ਕੁ, ਹੋਰ ਪ੍ਰਧਾਨ ਜੀ ਨੇ ਅੱਜ ਹੋਰ ਜੋਸ਼ ਭਰਤਾ ਤੇ ਉਹਦੇ ਨਾਲ ਹੁਣ ਤੁਸੀਂ ਦੇਖਿਓ 27 'ਚ ਸਿੱਧਮ ਸਿੱਧੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਆਏਗੀ। ਬਿਲਕੁਲ ਜੀ ਬਿਲਕੁਲ। ਹੋਰ ਵੀ ਇੱਥੇ ਤਮਾਮ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਸਹਿਬਾਨ ਵਰਕਰ ਸਹਿਬਾਨ ਮੌਜੂਦ ਨੇ, ਗੱਲਬਾਤ ਕਰਦੇ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਬੀਬਾ ਹਰਸਿਮਰਤ ਕੌਰ ਬਾਦਲ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅੱਜ ਧੰਨਵਾਦ ਕਰਨ ਲਈ ਇੱਥੇ ਪਹੁੰਚੇ ਸੀ ਤਮਾਮ ਵਰਕਰਾਂ ਦਾ, ਕੀ ਕਹਿਣਾ ਚਾਹੋਗੇ? ਬੀਬਾ ਜੀ ਦਾ ਅੱਜ ਜੋ ਵਰਕਰਾਂ ਵਿੱਚ ਬੀਬਾ ਜੀ ਪ੍ਰਤੀ ਉਤਸ਼ਾਹ ਸੀ, ਬਹੁਤ ਹੀ ਜ਼ਿਆਦਾ ਬੀਬਾ ਜੀ ਦੇ ਜੋਸ਼ ਸੀ ਤੇ ਵਰਕਰਾਂ 'ਚ ਵੀ ਬੀਬਾ ਜੀ ਨੇ ਬਹੁਤ ਜੋਸ਼ ਪੈਦਾ ਕੀਤਾ। ਅੱਜ ਜਿਵੇਂ ਕਿ ਬਠਿੰਡਾ ਪਾਰਲੀਮੈਂਟ ਦੀ ਗੱਲ ਕਰੀਏ ਕਿ ਪਹਿਲੇ ਬਠਿੰਡੇ ਵਾਲੇ ਕੀ ਹੁੰਦੇ ਸੀ, ਥੋੜ੍ਹੇ ਇਮੋਸ਼ਨਲ ਜ਼ਿਆਦਾ ਹੁੰਦੇ ਸੀ ਕਿ ਜਿਵੇਂ ਉਹਨਾਂ ਨੂੰ ਕੋਈ ਗੁੰਮਰਾਹ ਕਰਦਾ ਸੀ ਉਵੇਂ ਬਠਿੰਡੇ ਦੇ ਲੋਕ ਥੋੜ੍ਹੇ ਗੁੰਮਰਾਹ ਹੋ ਜਾਂਦੇ ਸੀ, ਪਰ ਅੱਜ ਕੀ ਬਠਿੰਡੇ ਦੇ ਲੋਕਾਂ ਨੇ ਬੜੀ ਸੂਝਵੰਤਾ ਨਾਲ, ਬੜੀ ਸਿਆਣਪ ਨਾਲ ਤੇ ਬਠਿੰਡੇ ਦੀ ਤਰੱਕੀ ਨੂੰ ਦੇਖ ਕੇ ਬਠਿੰਡੇ ਦੇ ਲੋਕਾਂ ਨੇ ਵੋਟ ਪਾਈ ਆ। ਜੇ ਬਠਿੰਡੇ ਦੇ ਲੋਕਾਂ ਨੇ ਦੇਖਿਆ ਕਿ ਬਠਿੰਡੇ 'ਚ ਜੋ ਕੰਮ ਕਰਵਾਏ ਨੇ, ਵਿਕਾਸ ਕਰਾਇਆ, ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਕਰਵਾਇਆ, ਬੀਬਾ ਹਰਸਿਮਰਤ ਕੌਰ ਬਾਦਲ ਨੇ ਕਰਾਇਆ, ਉਹਦੇ ਬਿਹਾਵ ਤੇ ਅੱਜ ਬਠਿੰਡਾ ਪਾਰਲੀਮੈਂਟ ਦੇ ਵਿੱਚ ਬੀਬਾ ਜੀ ਨੂੰ 49,600 ਕੁਛ ਦੀ ਲੀਡ ਨਾਲ ਬਠਿੰਡਾ ਦੇ ਲੋਕਾਂ ਨੇ ਜਿਤਾਇਆ। ਕੀ ਲੱਗਦਾ ਸੀ ਬੀਬਾ ਜੀ 50,000 ਦੀ ਲੀਡ ਨਾਲ ਇੱਥੋਂ ਜਿੱਤ ਪ੍ਰਾਪਤ ਕਰਨਗੇ? ਬਿਲਕੁਲ, ਜੋ ਲੋਕਾਂ ਦੇ ਵਿੱਚ ਹੈਗੇ ਸੀ, ਲੋਕਾਂ 'ਚ ਉਤਸ਼ਾਹ ਸੀ, ਜਿਹਦੇ ਨਾਲ ਵੀ ਗੱਲ ਕਰਦੇ ਸੀ, ਲੋਕੀ ਕਹਿੰਦੇ ਸੀ ਅਸੀਂ ਮੌਜੂਦਾ ਸਰਕਾਰ ਤੋਂ, ਮੌਕਾ ਦੀ ਸਰਕਾਰ ਤੋਂ ਬਹੁਤ ਦੁਖੀ ਆ ਤੇ ਬੀਬਾ ਜੀ ਨੂੰ ਅਸੀਂ ਅੱਜ ਕੀ ਵੱਧ ਚੜ੍ਹ ਕੇ ਵੋਟ ਪਾਣੀ ਆ, ਤੇ ਬਿਲਕੁਲ ਲੱਗਦਾ ਸੀ ਕਿ ਬੀਬਾ ਜੀ ਇੰਨੀ ਵੋਟ ਤੋਂ ਜਿੱਤਣਗੇ। ਕਿਉਂਕਿ ਮੇਰੇ ਕਹਿਣ ਦਾ ਮੀਨਸ ਇਹ ਸੀਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ 'ਚ ਪਹਿਲਾਂ ਸਮਝੌਤਾ ਹੁੰਦਾ ਸੀਗਾ, ਇਸ ਵਾਰ ਸਮਝੌਤਾ ਨਹੀਂ ਸੀ, ਦੋਨੋਂ ਚੋਣਾਂ ਅਲੱਗ ਅਲੱਗ ਲੜੇ ਸੀਗੇ, ਪਰ ਇੰਨੀ ਵੱਡੀ ਲੀਡ ਨਾਲ ਬੀਬਾ ਜੀ ਨੇ ਜਿੱਤ ਪ੍ਰਾਪਤ ਕੀਤੀ ਹੈ, ਕੀ ਕਹਿਣਾ ਚਾਹੋਗੇ? ਦੇਖੋ, ਕੁਛ ਕੁ ਹੁੰਦਾ ਕਿ ਜਿਵੇਂ ਪਾਰਟੀਆਂ ਵਾਲੇ ਨਾਲ ਕਿ ਜੋ ਬੀਜੇਪੀ ਸੀ ਉਹ ਰਾਮ ਮੰਦਿਰ ਨੂੰ ਜ਼ਿਆਦਾ ਥੋੜ੍ਹਾ ਜਿਹਾ ਇਸ਼ੂ ਬਣਾ ਕੇ ਚੱਲ ਰਹੀ ਸੀ ਕਿ ਰਾਮ ਸਿਰਫ ਇੱਕ ਹਿੰਦੂ ਕੈਟਰੋਗਰਾਮ ਉਹ ਹੋ ਜਾਊਗਾ ਸਾਡੇ ਵਾਲਾ ਡਾਇਰੈਕਟ, ਪਰ ਮੈਂ ਵੀ ਇੱਕ ਹਿੰਦੂ ਪਰਿਵਾਰ ਨਾਲ ਬਿਲੋਂਗ ਕਰਦਾ, ਮੈਂ ਵੀ ਇੱਕ ਸ਼ਰਮਾ ਪਰਿਵਾਰ ਤੋਂ ਬਿਲੋਂਗ ਕਰਦਾ, ਇਹ ਵੀ ਮੰਗਲਾ ਸਾਹਿਬ ਨੇ, ਪਰ ਰਾਮ ਇੱਕ ਸਾਂਝੇ ਨੇ, ਸਭ ਧਰਮਾਂ ਦੇ ਨੇ, ਇਹਦੇ ਨਾਲ ਬੀਜੇਪੀ ਕੈਡਰ ਖੇਡਣਾ ਚਾਹੁੰਦੀ ਸੀ ਇੱਕ, ਪਰ ਉਹ ਜਿਹੜਾ ਫੈਕਟਰ ਸੀ ਉਹ ਕੰਮ ਨਹੀਂ ਕੀਤਾ, ਲੋਕਾਂ ਨੇ ਬੀਜੇਪੀ ਨੂੰ ਇੱਕ ਸਾਈਡ 'ਤੇ ਕਰਕੇ, ਚਲੋ ਇੱਕ ਵੋਟ ਬੈਂਕ 'ਚ ਉਹਨਾਂ ਦੇ ਵੀ ਵਾਧਾ ਹੋਇਆ, ਜੋ ਮਜ਼ਬੂਤੀ ਦੋ ਭਰਾਵਾਂ ਦੀ ਇੱਕ ਮਜ਼ਬੂਤੀ ਹੋਵੇ ਉਹ ਮਜ਼ਬੂਤੀ ਮਜ਼ਬੂਤੀ ਹੁੰਦੀ ਹੈ, ਉਹਦਾ ਕਿਤੇ ਸਾਡੀ 1-1.5 ਲੱਖ ਦੀ ਹੋ ਸਕਦਾ ਲੀਡ ਹੋ ਜਾਂਦੀ, ਪਰ ਲੋਕਾਂ ਨੇ ਬੀਜੇਪੀ ਨੂੰ ਸਾਈਡ ਕਰਕੇ ਵੀ ਸਾਨੂੰ ਬਹੁਤ ਵੱਡੀ ਲੀਡ ਜਿਤਾਈ। ਬਿਲਕੁਲ ਜੀ ਬਿਲਕੁਲ। ਹੋਰ ਵੀ ਇੱਥੇ ਵਰਕਰ ਤੇ ਅਹੁਦੇਦਾਰ ਸਹਿਬਾਨ ਮੌਜੂਦ ਨੇ, ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਕੀ ਕਹਿਣਾ ਚਾਹੋਗੇ ਜੀ? ਬੀਬਾ ਹਰਸਿਮਰਤ ਕੌਰ ਬਾਦਲ ਨੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅੱਜ ਧੰਨਵਾਦ ਕਰਨ ਲਈ ਪਹੁੰਚੇ ਨੇ ਤਮਾਮ ਵਰਕਰਾਂ ਦਾ, ਕੀ ਕਹਿਣਾ ਚਾਹੋਗੇ? ਇਹਨਾਂ ਨੇ ਬਹੁਤ ਕੁਝ ਕੀਤਾ,
ਇਹਨਾਂ ਨਾਲ ਸਾਰੀ ਫੌਜ ਇਹਨਾਂ ਨਾਲ ਖੜੀ ਹੈ, ਇਹਨਾਂ ਅੱਜ ਵੀ ਸਾਰੀ ਫੌਜ ਖੜੀ ਹੈ, ਫੌਜ ਲੈ ਕੇ ਚੱਲਦੇ ਆ ਇਹ। ਇਹਨਾਂ ਦਾ ਸਮਝ ਲਓ ਬਹੁਤ ਵੱਡਾ ਕਹਿਣ ਦਾ ਮਸਲਾ ਵੀ ਇਹਨਾਂ ਦਾ ਬਹੁਤ ਵੱਡਾ ਚਾਹ ਨਾਲ ਚੱਲਦੇ ਹਾਂ ਅਸੀਂ, ਸਾਰੀ ਫੌਜ ਇਹਨਾਂ ਦੀ ਨਾਲ ਚੱਲੀ ਹੈ। ਬਹੁਤ ਕੁਛ ਕੀਤਾ ਇਹਨਾਂ ਨੇ, ਏਮਸ ਲਿਆਂਦਾ, ਬਾਕੀ ਬਹੁਤ ਥਰਮਲ, ਬਾਕੀ ਰੋਜ਼ ਗਾਰਡਨ ਵੀ ਇਹਨਾਂ ਨੇ ਬਹੁਤ ਵਧੀਆ, ਉਹ ਇਹਨਾਂ ਦੇ ਟਾਈਮ 'ਚ ਬਣੇ ਹੈ, ਪੁੱਲ ਵਗੈਰਾ ਬਹੁਤ ਸੜਕਾਂ ਬਣੀਆਂ ਇਹਨਾਂ ਦੇ, ਰੋਜ਼ ਹਾਈਵੇ ਜਿੰਨੇ ਵੀ ਹਾਈਵੇ ਆ ਸਾਰੇ ਬਣੇ ਇਹਨਾਂ ਦੇ। ਹੋਰ ਬੜਾ ਕੁਛ ਕੀਤਾ ਇਹਨਾਂ ਨੇ, ਇਹਨਾਂ ਦੇ ਸਿਰ 'ਤੇ ਸਮਝ ਲਓ ਬਠਿੰਡਾ ਖੜਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨਿਰਮਲ ਸਿੰਘ ਸੰਧੂ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਅੱਜ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਅੱਜ ਬਠਿੰਡਾ ਲੋਕ ਸਭਾ ਸੀਟ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅੱਜ ਵਰਕਰਾਂ ਦਾ ਧੰਨਵਾਦ ਕਰਨ ਪਹੁੰਚੇ ਸੀ, ਕੀ ਕਹਿਣਾ ਚਾਹੁੰਦੇ? ਬਹੁਤ ਵਧੀਆ ਗੱਲ ਹੈ ਜੀ, ਜਿਸ ਤਰੀਕੇ ਨਾਲ ਵਰਕਰਾਂ ਨੇ ਦਿਨ ਰਾਤ ਇੱਕ ਕਰਕੇ ਪਾਰਟੀ ਦੀ ਮਦਦ ਕੀਤੀ ਹੈ, ਬੀਬਾ ਜੀ ਨੂੰ ਜਿਤਾਉਣ ਵਾਸਤੇ ਕੋਸ਼ਿਸ਼ ਕੀਤੀ ਹੈ, ਤੇ ਇਸ ਨਾਲ ਜਿਹੜਾ ਵਰਕਰ ਹੈ, ਵਰਕਰ ਹੋਰ ਤਾਕਤ ਨਾਲ ਕੰਮ ਕਰਦਾ, ਉਹ ਇਸ ਲਈ ਪ੍ਰਧਾਨ ਜੀ ਦੇ, ਬੀਬਾ ਜੀ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਹੁਤ ਜਲਦੀ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾਂ ਬਠਿੰਡਾ ਦੇ ਸ਼ਹਿਰੀ ਦੇ ਦਿਹਾਤੀ ਵਰਕਰਾਂ ਦਾ ਧੰਨਵਾਦ ਕੀਤਾ। ਇਸ ਨਾਲ ਜਿਹੜਾ ਵਰਕਰ ਹੈ, ਵਰਕਰ ਹੋਰ ਤਨ ਮਨ ਧਨ ਨਾਲ ਜਿਹੜਾ ਹੈਗਾ ਉਹ ਮਿਹਨਤ ਕਰੂਗਾ, ਉਸ ਤੋਂ ਪਾਰਟੀ ਵਾਸਤੇ ਚੜ੍ਹਦੀ ਕਲਾ 'ਚ ਜਾਏਗੀ। ਸਾਹਿਬ ਜੇ ਗੱਲ ਕਰੀਏ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਅਲੱਗ ਅਲੱਗ ਲੜ ਰਹੇ ਸੀਗੇ, ਕੀ ਲੱਗਦਾ ਸੀਗਾ 50,000 ਦੀ ਲੀਡ ਨਾਲ ਬੀਬਾ ਜੀ ਜਿੱਤ ਪ੍ਰਾਪਤ ਕਰਨਗੇ? ਤਾਂ ਦੇਖੋ, ਜਿਸ ਤਰੀਕੇ ਨਾਲ ਵਰਕਰਾਂ ਮਿਹਨਤ ਕੀਤੀ ਹੈ, ਦੇਖੋ ਤੁਸੀਂ ਆਪਾਂ ਸ਼ਹਿਰ ਦੀ ਗੱਲ ਲੈ ਲਈਏ, ਜਿੰਨੀ ਕੁ ਭਾਜਪਾ ਨੂੰ ਉੱਥੇ ਵੋਟ ਪਈ ਹੈ, ਹਾਲਾਂਕਿ ਚਲੋ ਸ਼ਹਿਰ ਸੀ, ਭਾਜਪਾ ਨੂੰ ਉੱਥੇ ਵੋਟ ਪੈ ਰਹੀ ਸੀ, ਪਰ ਫਿਰ ਵੀ ਵਰਕਰਾਂ ਨੇ ਇੰਨੀ ਮਿਹਨਤ ਕਰਕੇ ਬਿਲਕੁਲ ਬਰਾਬਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਬੂਥਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਬਰਾਬਰ ਆਉਂਦਾ ਰਿਹਾ, ਉਹ ਸਾਰੀ ਵਰਕਰਾਂ ਦੀ ਮਿਹਨਤ, ਸਾਰੇ ਵਰਕਰਾਂ ਨੇ ਬੜੀ ਮਿਹਨਤ ਕੀਤੀ। ਇਹ ਲੱਗਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ 'ਚ ਇੱਕ ਵਾਰ ਫਿਰ ਵਾਪਸੀ ਕਰੇਗਾ? ਸ਼੍ਰੋਮਣੀ ਅਕਾਲੀ ਦਲ ਜ਼ਰੂਰ ਵਾਪਸੀ ਕਰੇਗਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਲੋਕਾਂ ਦੀ ਸ਼੍ਰੋਮਣੀ ਅਕਾਲੀ ਦਲ 'ਤੇ ਆਸ ਹੈ, ਅਤੇ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਲੋਕਾਂ ਦੀ ਜਿਹੜੀ ਆਸ ਨੂੰ ਪੂਰੀ ਕਰ ਸਕਦਾ, ਡਿਵੈਲਪਮੈਂਟ ਕਰ ਸਕਦਾ, ਪੰਜਾਬ ਦੇ ਲੋਕਾਂ ਦੇ ਜਿਹੜੇ ਸੁਪਨੇ ਉਹਨਾਂ ਨੂੰ ਪੂਰੇ ਕਰ ਸਕਦਾ, ਹੋਰ ਕੋਈ ਪਾਰਟੀ ਨਹੀਂ ਕਰ ਸਕਦੀ। ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਹੈ, ਪੁਰਾਣੀ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਵਰਕਰ ਅੱਜ ਵੀ ਬਹੁਤ ਮਜ਼ਬੂਤ ਹੈ, ਅਤੇ ਸ਼੍ਰੋਮਣੀ ਅਕਾਲੀ ਦਲ ਮੁੜ 2027 ਦੇ ਵਿੱਚ ਸੱਤਾ ਦੇ ਵਿੱਚ ਆਏਗਾ। ਅੱਜ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਦੇ ਤਮਾਮ ਜਿਹੜੇ ਵਰਕਰ ਹੈਗੇ ਅਹੁਦੇਦਾਰ ਸਹਿਵਾਨ ਆ, ਉਹਨਾਂ ਦਾ ਧੰਨਵਾਦ ਕਰਨ ਲਈ ਪਹੁੰਚੇ ਸੀ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਬਠਿੰਡਾ ਸ਼ਹਿਰ ਨੇ, ਪੂਰਾ ਬਠਿੰਡਾ ਕੌਂਸਟੀਚੁਐਂਸੀ ਨੇ, 9 ਦੇ 9 ਵਿਧਾਨ ਸਭਾ ਹਲਕਿਆਂ ਨੇ ਬੀਬਾ ਨੂੰ ਬਹੁਤ ਵੱਡਾ ਫਤਵਾ ਦਿੱਤਾ ਹੈ। ਸੋ ਉਸ ਫਤਵੇ ਨੂੰ ਬੀਬਾ ਜੀ ਨੇ ਲੋਕਾਂ ਨਾਲ ਦੇ ਵਰਕਰਾਂ ਸਾਂਝਾ ਕੀਤਾ ਹੈ, ਵਰਕਰਾਂ ਧੰਨਵਾਦ ਕੀਤਾ, ਅਸੀਂ ਵੀ ਵਰਕਰਾਂ ਧੰਨਵਾਦ ਕਰਦੇ ਜਿਨ੍ਹਾਂ ਨੇ ਬੀਬਾ ਜੀ ਨੂੰ ਵੱਡੀ ਜਿੱਤ ਦਵਾਈ ਹੈ। ਸੋ ਇਹ 2027 ਦਾ ਮੁੱਢ ਰੱਖਿਆ ਗਿਆ, ਅਸੀਂ ਸਾਰੇ ਵਰਕਰ ਰਲ ਕੇ ਬੀਬਾ ਜੀ ਦੇ ਆਸ਼ੀਰਵਾਦ ਨਾਲ, ਬਾਦਲ ਪਰਿਵਾਰ ਦੇ ਆਸ਼ੀਰਵਾਦ ਨਾਲ ਸਾਰੇ ਵਰਕਰ ਇਕੱਠੇ ਹੋ ਕੇ 2027 ਦੀ ਸਰਕਾਰ ਬਣਾਉਣਗੇ। ਕੀ ਲੱਗਦਾ ਸੀ ਸ਼ਰਮਾ ਜੀ ਇੰਨੀ ਵੱਡੀ ਲੀਡ ਨਾਲ ਬੀਬਾ ਜੀ ਜਿੱਤ ਪ੍ਰਾਪਤ ਕਰਨਗੇ? ਬਿਲਕੁਲ ਜੀ ਲੱਗਦਾ ਸੀ, ਕਿਉਂਕਿ ਬਠਿੰਡਾ 'ਚ ਬੀਬਾ ਜੀ ਨੇ ਕੰਮ ਬਹੁਤ ਕੀਤੇ ਆ, ਦੂਜੀਆਂ ਸਰਕਾਰਾਂ 5 ਸਾਲ ਕਾਂਗਰਸ 2.5 ਸਾਲ ਇਹ, ਇਹਨਾਂ ਨੇ ਕੁਛ ਵੀ ਨਹੀਂ ਕੀਤਾ, ਕਿੱਟ ਤੱਕ ਨਹੀਂ ਲਾਈ। ਸੋ ਲੋਕਾਂ ਨੇ ਉਸ ਕੰਮ ਨੂੰ ਦੇਖਦੇ ਬੀਬਾ ਜੀ ਨੂੰ ਵੱਡੀ ਲੀਡ ਦਿੱਤੀ ਹੈ, ਵੱਡਾ ਫਤਵਾ ਦਿੱਤਾ। ਅੱਜ ਦਾ ਜਿਹੜਾ ਦਿਨ ਆ ਬੜਾ ਇਤਿਹਾਸਕ ਦਿਨ ਆ, ਕਿਉਂਕਿ ਜਿਸ ਦਿਨ ਇਲੈਕਸ਼ਨ ਦੇ ਵਿੱਚ ਰਿਜ਼ਲਟ ਆਇਆ ਸੀ ਉਹ ਵੀ ਇਤਿਹਾਸਕ ਦਿਨ ਸੀ, ਪਰ ਉਸ ਤੋਂ ਬਾਅਦ ਬੀਬਾ ਹਰਸਿਮਰਤ ਕੌਰ ਜੀ ਬਾਦਲ ਉਹਨਾਂ ਨੇ ਇੱਕ ਅਨਾਊਂਸਮੈਂਟ ਕਰਤੀ ਸੀ ਕਿ ਆਪਾਂ ਕੋਈ ਜਸ਼ਨ ਨਹੀਂ ਮਨਾਉਣਾ, ਕਿਉਂਕਿ ਜਿਹੜੇ ਘੱਲੂਘਰ ਦਿਵਸ ਦੇ ਉਹ ਦਿਨ ਕੋਲ ਚੱਲ ਰਹੇ ਸੀ, ਕੱਲ੍ਹ 6 ਤਰੀਕ ਸੀ, ਕੱਲ੍ਹ ਖਤਮ ਹੋਏ। ਅੱਜ ਸਵੇਰ ਤੋਂ ਅਸੀਂ ਆਪਦੇ ਪਾਰਟੀ ਵਰਕਰਾਂ ਨੂੰ ਲੱਡੂ ਵੰਡ ਕੇ ਅਸੀਂ ਖੁਸ਼ੀ ਦਾ ਇਜ਼ਹਾਰ ਕੀਤਾ। ਅੱਜ ਇੱਥੇ ਤੁਸੀਂ ਦੇਖ ਰਹੇ ਹੋ ਭਰਮਾ ਇਕੱਠ, ਬਿਨਾਂ ਦਿਹਾਤੀ ਦਾ, ਸ਼ਹਿਰੀ ਦਾ, ਖਾਸ ਕਰਕੇ ਵੱਧ ਤੋਂ ਵੱਧ ਬੀਬੀਆਂ ਦਾ ਕਿੰਨਾ ਭਰਮਾ ਇਕੱਠ ਆ, ਪਰ ਮੇਰੇ ਕੱਟ ਦੇ ਵਿੱਚ ਕਿੰਨਾ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਇਤਿਹਾਸਕ ਵੋਟਾਂ ਦੇ ਨਾਲ ਜਿਹੜਾ ਹੈਗਾ ਜੋ ਰਿਜ਼ਲਟ ਆਇਆ ਉਹ ਜਿੱਤ ਉਹਨਾਂ ਨੇ ਹਾਸਲ ਕੀਤੀ ਆ। ਇਹ ਜਿੱਤ ਉਹਨਾਂ ਨੂੰ
ਉਹਨਾਂ ਦੇ ਕੀਤੇ ਹੋਏ ਕੰਮਾਂ ਦੇ ਕਰਕੇ ਜਿੱਤ ਹਾਸਲ ਹੋਈ ਹੈ ਤੇ ਵਰਕਰਾਂ ਨੇ ਵਿੱਚ ਇਸ ਕਰਕੇ ਪੂਰਾ ਉਤਸ਼ਾਹ ਹੈ। ਵਰਕਰਾਂ ਨੇ ਹਰੇਕ ਵਰਕਰ ਨੇ ਜਾਨ ਤੋੜ ਮਿਹਨਤ ਕੀਤੀ ਆ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਜਿੱਤ ਆ ਵੀ ਬਹਾਦਰ ਕੌਰ ਬਾਦਲ ਦੀ ਜਿਹੜੀ ਜਿੱਤ ਆ ਇਹ ਸਭ ਤੋਂ ਵੱਧ ਦਲਿਤ ਵਰਗ ਦੇ ਲੋਕਾਂ ਨੇ ਜਿਹੜਾ ਹੈਗਾ ਬੀਬਾ ਜੀ ਦੀ ਸਪੋਰਟ ਕੀਤੀ। ਦਲਿਤ ਵਰਗ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਿਆ, ਦਲਿਤ ਵਰਗ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਧ ਤੋਂ ਵੱਧ ਵੋਟ ਪਾਈ, ਕਿਉਂਕਿ ਦਲਿਤ ਵਰਗ ਦੇ ਲਈ ਜੇ ਕੁਛ ਕੀਤਾ ਸੀਗਾ, ਗਰੀਬ ਵਰਗ ਦੇ ਲਈ ਜੇ ਕੁਛ ਕੀਤਾ ਸੀਗਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੇਡੀਜ਼ ਵਿੰਗ ਦੀਆਂ ਵੀ ਇੱਥੇ ਤਮਾਮ ਲੇਡੀਜ਼ ਪਹੁੰਚੀਆਂ, ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਅੱਜ ਬੀਬਾ ਹਰਸਿਮਰਤ ਕੌਰ ਬਾਦਲ ਤਮਾਮ ਬਠਿੰਡਾ ਲੋਕ ਸਭਾ ਸੀਟ ਤੋਂ ਵਰਕਰਾਂ ਦਾ ਧੰਨਵਾਦ ਕਰਨ ਲਈ ਪਹੁੰਚੇ ਸੀ, ਕੀ ਕਹਿਣਾ ਚਾਹੋਗੇ? ਅਸੀਂ ਬਹੁਤ ਖੁਸ਼ ਹਾਂ ਕਿ ਬੀਬਾ ਜੀ ਸਾਡੇ ਵਿੱਚ ਆਏ, ਸਾਰੇ ਵਰਕਰਾਂ ਦਾ ਧੰਨਵਾਦ ਕੀਤਾ। ਮੈਂ ਦੇਖਦੀ ਹਾਂ ਕਿ ਦੂਜੀਆਂ ਜਿਹੜੀਆਂ ਪਾਰਟੀਆਂ ਜਦੋਂ ਜਿੱਤ ਜਾਂਦੀਆਂ ਉਹ ਵਿੱਚ ਨਹੀਂ ਆਉਂਦੇ, ਤੇ ਇੱਕ ਹਰਸਿਮਰਤ ਬੀਬਾ ਜੀ ਹੈ ਜਾਂ ਸੁਖਬੀਰ ਬਾਦਲ ਜੀ ਨੇ ਜਿਹੜੇ ਸਾਡੇ ਵਿੱਚ ਆ ਕੇ ਸਾਡਾ ਧੰਨਵਾਦ ਕਰਦੇ ਨੇ। ਬਸ ਮੈਂ ਇੰਨਾ ਹੀ ਕਹਿੰਦੀ ਹਾਂ ਕਿ ਹਮੇਸ਼ਾ ਬੀਬਾ ਜੀ ਤੇ ਸੁਖਬੀਰ ਜੀ ਦਾ ਸਾਥ ਦਿਓ ਤੇ ਅਕਾਲੀ ਦਲ ਨੂੰ ਅੱਗੇ ਲੈ ਕੇ ਆਈਏ ਅਸੀਂ, ਜੋ ਕਿ ਸਾਨੂੰ ਇੱਥੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸੁਵਿਧਾਵਾਂ ਵੀ ਅਕਾਲੀ ਪਾਰਟੀ ਨੇ ਹੀ ਦਿੱਤੀਆਂ, ਤੇ ਬਸ ਇੰਨਾ ਹੀ ਕਹਿੰਦੇ ਹੋਏ ਬਠਿੰਡਾ ਸੀਟ ਤੋਂ ਜਿੱਤਣ ਲਈ ਬਹੁਤ ਬਹੁਤ ਵਧਾਈਆਂ ਹੋਣ ਜੀ। ਦੂਸਰੀ ਗੱਲ ਇਹ ਹੈ ਕਿ ਬੀਬਾ ਜੀ ਨੇ ਬਠਿੰਡਾ ਦੇ ਵਿੱਚ ਬਹੁਤ ਵਿਕਾਸ ਕਰਾਇਆ, ਕੰਮ ਵੀ ਬਹੁਤ ਕਰਾਏ ਨੇ, ਜਿਵੇਂ ਕਿ ਏਮਸ ਬਠਿੰਡਾ ਹੈ ਜੋ ਇੱਥੇ 10 ਰੁਪਈਆਂ ਦੀ ਜੋ ਪਰਚੀ ਕੱਟੀ ਜਾਂਦੀ ਹੈ ਉਹ ਮਤਲਬ ਜਿਹੜੇ ਗਰੀਬ ਪਰਿਵਾਰ ਦੇ ਹੈਗੇ ਨੇ ਉਹ ਬਹੁਤ ਇੱਥੇ ਸਹੂਲਤਾਂ ਪ੍ਰਾਪਤ ਕਰਦੇ ਨੇ, ਤੇ ਜੋ ਬੀਬਾ ਨੇ ਵਿਕਾਸ ਕਰਾਇਆ ਬਠਿੰਡੇ ਚ ਤਾਂ ਇਸ ਕਰਕੇ ਹੀ ਵਿਕਾਸ ਦੇ ਨਾਂ ਤੇ ਹੀ ਉਹਨਾਂ ਨੂੰ ਵੋਟਾਂ ਮਿਲੀਆਂ ਜੀ। ਬੀਬਾ ਜੀ ਲੱਗਦਾ ਸੀ ਬੀਬਾ ਜੀ ਇੰਨੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਜੀ? ਵਿਸ਼ਵਾਸ ਸੀਗਾ, ਲੱਗਦਾ ਨਹੀਂ ਸੀ, ਵਿਸ਼ਵਾਸ ਸੀਗਾ ਔਰ ਬਠਿੰਡਾ ਵਾਲਿਆਂ ਤੇ ਵੀ ਯਕੀਨ ਵੀ ਸੀ। ਬਠਿੰਡਾ ਵਾਲਿਆਂ ਨੇ ਬਹੁਤ ਮਤਲਬ ਵਿਕਾਸ ਦੇ ਨਾਂ ਤੇ ਵੋਟਾਂ ਪਾਈਆਂ ਬੀਬਾ ਜੀ ਨੂੰ, ਵਿਸ਼ਵਾਸ ਸੀਗਾ ਸਾਨੂੰ ਵੀ ਬੀਬਾ ਜਿੱਤਣਗੇ। ਕੀ ਨਾਮ ਹੈ? ਬਲਵਿੰਦਰ ਕੌਰ। ਬਲਵਿੰਦਰ ਕੌਰ ਜੀ, ਜੇ ਗੱਲ ਕਰੀਏ ਅੱਜ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਧੰਨਵਾਦ ਕਰਨ ਲਈ ਇੱਥੇ ਪਹੁੰਚੇ ਸੀ ਤਮਾਮ ਜਿਹੜੇ ਵੋਟਰਾਂ ਦਾ, ਕੀ ਕਹਿਣਾ ਚਾਹੋਗੇ? ਅਸੀਂ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਮੇਰੇ ਸਾਰੇ ਵਰਕਰਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ। ਦੇਖੋ ਸਾਡੇ ਨਾਲ ਕੋਈ MLA ਨਹੀਂ, ਸਾਡੇ ਨਾਲ ਕੋਈ MSC ਨਹੀਂ ਸੀ, ਤੇ ਸਾਡੀ ਬੀਬਾ ਜੀ ਨੂੰ ਜਿਤਾਇਆ ਮੇਰੀਆਂ ਲੇਡੀਜ਼ ਨੇ, ਨੌਜਵਾਨ ਵਰਕਰਾਂ ਨੇ। ਇਸ ਸਰਕਾਰ ਨੂੰ ਲੈ ਕੇ ਬਹਿ ਗਿਆ ਨਸ਼ਾ, ਨਸ਼ਾ ਜਿਹੜਾ ਹੈ ਇਹਨਾਂ ਨੇ ਇਹ ਕਿਹਾ ਸੀ ਅਸੀਂ ਨਸ਼ਾ 3 ਮਹੀਨਿਆਂ 'ਚ ਬੰਦ ਕਰ ਦਾਂਗੇ, ਪਰ ਇਸ ਟਾਈਮ ਤੇ ਨਸ਼ਾ ਘਰ ਘਰ ਵਿਕਦਾ ਹੈ। ਨਸ਼ਾ ਇਹਨਾਂ ਨੂੰ 27 ਦੀ ਇਲੈਕਸ਼ਨ 'ਚ ਵੀ ਲੈ ਕੇ ਬਹਿ ਜੂਗਾ, ਤੇ 27 ਦੀ ਜਿਹੜੀ ਇਲੈਕਸ਼ਨ ਆ ਰਹੀ ਆ, ਪਹਿਲੀ ਗੱਲ ਹੈ ਜਿਹੜੀ ਆ ਜਿਮਨੀ ਚੋਣ ਹੈ ਉਹਨਾਂ ਦੇ ਵਿੱਚ ਅਸੀਂ ਬਾਜੀ ਮਾਰਾਂਗੇ, ਪੂਰੀ ਲੀਡ ਨਾਲ ਜਿੱਤਾਂਗੇ। ਉਸ ਤੋਂ ਅੱਗੇ ਜਿਹੜਾ 27 ਦੀ ਇਲੈਕਸ਼ਨ ਆ, 27 ਦੀ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ ਤੇ ਲੀਡ ਲੈ ਕੇ ਜਾਵਾਂਗੇ, ਕਦੀ ਵੀ ਪਿੱਛੇ ਨਹੀਂ ਹਟਣ ਵਾਲੇ। ਲੱਗਦਾ ਸੀ ਬੀਬਾ ਹਰਸਿਮਰਤ ਕੌਰ ਬਾਦਲ ਇੰਨੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ? ਸਾਨੂੰ ਬੀਬਾ ਜੀ ਤੇ ਪੂਰੀ ਉਮੀਦ ਸੀਗੀ, ਕਿਉਂਕਿ ਬੀਬਾ ਜੀ ਨੇ ਬਹੁਤ ਜ਼ਿਆਦਾ ਵਿਕਾਸ ਕਰਾਇਆ। ਜਦੋਂ ਪਹਿਲੋਂ MP ਬਣਦੇ ਸੀਗੇ, ਜਦੋਂ ਬੀਬਾ ਜੀ ਗੁਲਸ਼ਨ ਸੀਗੇ ਜਾਂ ਉਸ ਤੋਂ ਪਹਿਲੋਂ ਜਿੰਨੇ ਵੀ MP ਬਣੇ ਨੇ, ਕਿਸੇ ਵੀ ਆਦਮੀ ਨੂੰ ਜਾਂ ਕਿਸੇ ਔਰਤ ਨੂੰ MP ਦੀ ਪਾਵਰ ਦਾ ਪਤਾ ਨਹੀਂ ਸੀ ਵੀ ਜਦੋਂ ਦੇ ਬੀਬਾ ਹਰਸਿਮਰਤ ਕੌਰ ਬਾਦਲ ਆਏ ਆ 15 ਸਾਲਾਂ ਦੇ ਵਿੱਚ ਉਹਨਾਂ ਨੇ ਇੰਨੀ ਜ਼ਿਆਦਾ ਡਿਵੈਲਪਮੈਂਟ ਕਰੀ ਆ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਦੇ ਘਰੇ ਦੁੱਖ ਦੇ ਸੁੱਖ ਦੇ ਗਏ ਨੇ, ਹਰੇਕ ਉਹ ਨੌਲੇਜ ਦਿੰਦੇ ਆ ਵੀ ਮੇਰਾ ਇੰਨਾ ਕੁੱਟ ਹੈ
ਇੰਨਾ ਪੈਸਾ ਮੈਨੂੰ ਆਇਆ ਤੇ ਇੰਨਾ ਮੈਂ ਪੈਸਾ ਇੱਥੇ ਲਾ ਰਹੀ ਹਾਂ। ਏਮਜ਼ ਵਰਗੇ ਹੌਸਪੀਟਲ, ਯੂਨੀਵਰਸਿਟੀਆਂ, ਐਡੇ ਐਡੇ ਪੁਲ ਬਠਿੰਡੇ ਦੇ ਵਿੱਚ, ਬਠਿੰਡੇ ਨੂੰ ਬੈਗਵਰਡ ਸਮਝਦੇ ਸੀਗੇ ਤੇ ਬਠਿੰਡਾ ਜਿਹੜਾ ਸਾਡਾ ਪਹਿਲੇ ਨੰਬਰ ਤੇ ਆਇਆ। ਤੋਂ ਬੀਬਾ ਜੀ ਹਰਸਿਮਰਤ ਬਾਦਲ ਕੀ ਲੱਗਦਾ ਜੀ ਆਉਣ ਵਾਲੇ ਟਾਈਮ 'ਚ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਸੱਤਾ 'ਚ ਵਾਪਸੀ ਕਰੇਗਾ? ਬਿਲਕੁਲ ਕਰੂਗਾ ਜੀ, ਇਹ ਤਾਂ ਕੋਈ ਗੱਲ ਹੀ ਨਹੀਂ ਹੈਗੀ। ਜਦੋਂ ਕਿ ਲੋਕ ਬਠਿੰਡੇ ਦੇ, ਮਾਲਵੇ ਦੇ ਲੋਕਾਂ ਨੂੰ ਸਾਡਿਆਂ ਨੂੰ ਬੈਗਵਰਡ ਗਿਣਿਆ ਗਿਆ ਸੀ, ਅਨਪੜ੍ਹ ਗਿਣਿਆ ਗਿਆ, ਉਹਨਾਂ ਨੇ ਬਹੁਤ ਸੂਝਵਾਨ ਲੀਡਰ ਚੁਗਿਆ ਤੇ ਹੁਣ ਜਿਹੜੇ ਨੇ ਮਾਝੇ, ਮਾਲਵੇ, ਦੁਆਬੇ ਦੇ ਲੋਕ ਨੇ ਉਹ ਵੀ ਇਸ ਗੱਲ ਨੂੰ ਸੋਚਣਗੇ ਤੇ ਅਸੀਂ ਬੀਬਾ ਜੀ ਅੱਗੇ ਰਿਕੁਐਸਟ ਵੀ ਕਰਾਂਗੇ ਵੀ ਬੀਬਾ ਜੀ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਹਫਤੇ 'ਚ, 10 ਦਿਨਾਂ 'ਚ, ਮਹੀਨੇ ਵਿੱਚੋਂ ਜ਼ਰੂਰ ਗੇੜਾ ਕੱਢਿਆ ਕਰੋ। ਲੋਕ ਬਹੁਤ ਜ਼ਿਆਦਾ ਬੀਬਾ ਜੀ ਨੂੰ ਚਾਹੁੰਦੇ ਆ, ਬੀਬਾ ਜੀ ਦਾ ਲੈਕਚਰ, ਬੀਬਾ ਜੀ ਦੀ ਵਰਡਿੰਗ, ਬੀਬਾ ਜੀ ਦਾ ਸਿਰ ਦੇ ਉੱਤੇ ਦੁਪੱਟਾ ਤੇ ਸਿੱਖੀ ਦੇ ਤੌਰ ਤੇ ਬੀਬਾ ਜੀ ਨੂੰ ਜੋ ਸਰਦਾਰ ਲੋਕ ਨੇ ਜਾਂ ਸਾਡੇ ਹਿੰਦੂ ਲੋਕ ਨੇ ਜਾਂ ਸਿੱਖ ਭਾਈਚਾਰਾ ਜਾਂ ਮੁਸਲਿਮ ਭਾਈਚਾਰਾ ਸਾਰੇ ਦਿਲੋਂ ਚਾਹੁੰਦੇ। ਮੇਰਾ ਨਾਮ ਸੁਖਵਿੰਦਰ ਕੌਰ ਸੁੱਖੀ ਹੈ ਜੀ, ਮੈਂ ਵਾਰਡ ਨੰਬਰ 13 ਜ਼ੋਨ ਨੰਬਰ 4 ਤੋਂ ਜਨਰਲ ਸਕੱਤਰ ਮੀਤ ਪ੍ਰਧਾਨ ਦੇ ਅਹੁਦੇ ਤੇ ਹਾਂ। ਅੱਜ ਬੀਬਾ ਹਰਸਿਮਰਤ ਕੌਰ ਬਾਦਲ ਤਮਾਮ ਜਿਹੜੇ ਵਰਕਰ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਹੁਦੇਦਾਰ ਸਹਿਬਾਨ ਆ, ਉਹਨਾਂ ਦਾ ਧੰਨਵਾਦ ਕਰਨ ਲਈ ਪਹੁੰਚੇ ਸੀ, ਉਹਨਾਂ ਨਾਲ ਸੁਖਵੀਰ ਸਿੰਘ ਬਾਦਲ ਪਹੁੰਚੇ ਸੀ, ਕੀ ਕਹਿਣਾ ਚਾਹੋਗੇ? ਦੇਖੋ ਜੀ, ਧੰਨਵਾਦ ਕਰਨਾ ਬਣਦਾ ਹੀ ਸੀ ਕਿਉਂਕਿ ਬਠਿੰਡਾ ਜਿਹੜਾ ਸ਼ਹਿਰੀ ਹੈਗੀ ਉਹ 2021 ਦੀਆਂ ਵੋਟਾਂ ਤੋਂ 10ਵੀਂ ਸਦੀ ਜ਼ਿਆਦਾ ਵੋਟ ਵਧੀ ਹੈ। ਬੀਬਾ ਜੀ ਇਸ ਗੱਲ ਵਾਸਤੇ ਸਾਡਾ ਸ਼ਹਿਰ ਵਾਸੀਆਂ ਦਾ ਤੇ ਵਰਕਰਾਂ ਦਾ ਧੰਨਵਾਦ ਕਰਨਾ ਆਏ ਸੀ, ਉਹ ਬਣਦਾ ਵੀ ਸੀਗਾ ਕਿਉਂਕਿ ਜਿਹੜੇ ਵਰਕਰ ਨੇ, ਵਰਕਰ ਸੀ, ਪੂਰੀ ਸ਼ਹਿਰੀ ਟੀਮ ਸੀ, ਉਹਨਾਂ ਨੇ ਇੰਨੀ ਮਿਹਨਤ ਤੇ ਮੁਸ਼ਕਤ ਦੇ ਨਾਲ ਇੰਨੀ ਅੱਤ ਦੀ ਗਰਮੀ ਦੇ ਵਿੱਚ ਮਿਹਨਤ ਕੀਤੀ ਜੀ, ਇਹ ਆਉਣਾ ਉਹਨਾਂ ਦਾ ਬਹੁਤ ਜ਼ਰੂਰੀ ਸੀਗਾ। ਕੀ ਲੱਗਦਾ ਸੀ ਬੀਬਾ ਹਰਸਿਮਰਤ ਕੌਰ ਬਾਦਲ ਇੰਨੀ ਬੋਰਡ ਨਾਲ ਲੀਡ ਕਰਨਗੇ ਤੇ ਜਿੱਤ ਪ੍ਰਾਪਤ ਕਰਨਗੇ? ਬਿਲਕੁਲ, ਕਿਉਂਕਿ ਪੁਰਾਣੇ ਸਮੇਂ ਤੋਂ ਕੰਮ ਬੋਲਦੇ ਸੀ ਨਾ ਵੀਰ ਜੀ, ਤੇ ਜਿਹੜੀਆਂ ਮੌਜੂਦਾ ਸਰਕਾਰਾਂ, ਮੌਜੂਦ ਸਰਕਾਰ ਚੱਲ ਰਹੀ ਸੀਗੀ ਆਮ ਆਦਮੀ ਪਾਰਟੀ ਦੀ, ਉਹ ਜਨਤਾ ਨੂੰ ਗਰਾਊਂਡ ਲੈਵਲ ਤੇ ਇੰਨਾ ਹਰਾਸ ਕਰ ਰਹੇ ਸੀਗੇ ਜਿਹਦੇ ਸਦਕਾ ਵੀ ਮਤਲਬ ਕਿ ਬੀਬਾ ਦਾ ਜਿਹੜਾ ਪੁਰਾਣਾ ਕੰਮ ਸੀ ਉਹਨੂੰ ਬਹੁਤ ਮਤਲਬ ਕਿ ਫਿਰ ਜਨਤਾ ਨੇ ਯਾਦ ਕੀਤਾ ਔਰ ਕਾਊਂਟ ਕੀਤਾ ਇਸ ਉਸ ਪੁਰਾਣੇ ਵਰਕ ਨੂੰ ਦੇਖਦੇ ਹੋਏ ਬੀਬਾ ਜੀ ਨੂੰ ਵੱਡੀ ਲੀਡ ਦੇ ਉੱਤੇ ਸ਼ਹਿਰ ਵਾਸੀਆਂ ਨੇ ਜਿਤਾਇਆ। ਏਸੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਅਹੁਦੇਦਾਰ ਸਹਿਬਾਨ ਜਿਨ੍ਹਾਂ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕਰਵਾਏ ਗਏ ਕੰਮਾਂ ਕਰਕੇ ਬਠਿੰਡਾ ਲੋਕ ਸਭਾ ਸੀਟ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਿੱਤ ਪ੍ਰਾਪਤ ਕੀਤੀ ਹੈ। ਕੈਮਰਾਮੈਨ ਸੂਜਲ ਦੇ ਨਾਲ ਮਨੋਜ ਚਰਕੀਵਾਲ, ਦੈਨਿਕ ਸਵੇਰਾ ਟੀਵੀ, ਬਠਿੰਡਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।